ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਤੁਹਾਡੇ ਪੇਪਰਾਂ ਦੀ ਤਿਆਰੀ ਕਿਵੇਂ ਚੱਲ ਰਹੀ ਹੈ? ਉਮੀਦ ਹੈ ਵਧੀਆ ਚੱਲਦੀ ਹੋਏਗੀ। ਪਹਿਲਾਂ ਤਾਂ ਇੱਕ ਗੱਲ ਦੀ ਮਾਫ਼ੀ ਮੰਗਣਾ ਚਾਹੁੰਦੀ ਹਾਂ ਕਿ ਅੱਜ ਮੈਂ ਤੁਹਾਨੂੰ 12ਵੀਂ ਕਲਾਸ ਦੀ ਕਵਿਤਾ ਰਹਿ ਗਈ ਸੀ ਊਸ਼ਾ, ਜਿਹੜੀ ਕਿ ਬਹੁਤ ਲੇਟ ਲੈ ਕੇ ਆਈ ਹਾਂ, ਸੋਰੀ ਉਹਦੇ ਲਈ। ਖੈਰ, ਊਸ਼ਾ ਕਵਿਤਾ ਜੋ ਕਿ ਬਾਬਾ ਬਲਵੰਤ ਜੀ ਦੀ ਲਿਖੀ ਹੋਈ ਹੈ, ਇਸ ਵਿੱਚ ਕਵੀ ਨੇ ਊਸ਼ਾ ਨੂੰ ਇੱਕ ਚਿੰਚੇਤਨ ਔਰ ਇੱਕ ਸਜੀਵ ਚੀਜ਼ ਮੰਨ ਕੇ ਜਾਂ ਇੱਕ ਇਨਸਾਨ ਮੰਨ ਕੇ ਉਹਦੇ ਕੋਲੋਂ ਦੁਨੀਆ ਵਾਸਤੇ ਤੰਦਰੁਸਤੀ, ਸਾਂਝੀਵਾਲਤਾ, ਪਿਆਰ, ਦੁਨੀਆ ਵਾਸਤੇ ਨਿਆਮਤਾ, ਦੁਨੀਆ ਵਾਸਤੇ ਖੈਰ, ਇਨਸਾਨਾਂ ਲਈ ਖੈਰ, ਜਿਹੜੀ ਕਿ ਉਹ ਇਸ ਕਵਿਤਾ ਵਿੱਚ ਮੰਗੀ ਹੈ ਕਿ ਜਿਵੇਂ ਊਸ਼ਾ ਦੇ ਆਗਮਨ ਨਾਲ, ਸੂਰਜ ਦੇ ਆਉਣ ਦੇ ਨਾਲ ਪੋਜ਼ਿਟਿਵ ਐਨਰਜੀ ਆਉਂਦੀ ਹੈ, ਬੁਰੇ ਖਿਆਲ ਚਲੇ ਜਾਂਦੇ ਨੇ। ਜਿਵੇਂ ਰਾਤ ਹੁੰਦੀ ਨਾ, ਰਾਤ ਵਿੱਚ ਹਲਕਾ ਜਿਹਾ ਇੱਕ ਸਹਿਮ, ਇੱਕ ਡਰ ਜਿਹੜਾ ਕਿ ਛਾਇਆ ਹੁੰਦਾ, ਪਰ ਸੂਰਜ ਜਿਵੇਂ ਸਵੇਰ ਨਿਕਲਦੀ ਤਾਂ ਹਰ ਇਨਸਾਨ ਇੱਕ ਪੋਜ਼ਿਟਿਵ ਥੋਟ ਲੈ ਕੇ ਘਰੋਂ ਚੱਲਦਾ ਹੈ ਕਿ ਅੱਜ ਮੈਂ ਆਹ ਕਰਨਾ ਹੈ, ਅੱਜ ਦਾ ਦਿਨ ਵਧੀਆ ਹੋਏਗਾ। ਸੋ ਇਸੇ ਤਰ੍ਹਾਂ ਦਾ ਜਿਹੜਾ ਕਿ ਵਿਚਾਰ ਲੈ ਕੇ ਕਵੀ ਨੇ ਊਸ਼ਾ ਨੂੰ ਸੰਬੋਧਿਤ ਕੀਤਾ ਹੈ ਕਿ ਉਹ ਇਨਸਾਨਾਂ ਨੂੰ, ਇਨਸਾਨਾਂ ਲਈ ਰਹਿਮਤ ਬਖਸ਼ੇ, ਨਿਆਮਤ ਬਖਸ਼ੇ। ਸੋ ਅੱਜ ਅਸੀਂ ਇਸ ਊਸ਼ਾ ਕਵਿਤਾ ਵਿੱਚ ਪੜ੍ਹਾਂਗੇ। ਸੋ ਇਸ ਕਵਿਤਾ ਦੇ ਤੁਹਾਨੂੰ ਕੁਐਸਚਨ ਵੀ ਕਰਾਵਾਂਗੇ ਲਾਸਟ ਵਿੱਚ। ਪਹਿਲਾਂ ਤੁਸੀਂ ਇੱਕ ਵਾਰੀ ਜਿਹੜੀ ਕਿ ਊਸ਼ਾ ਕਵਿਤਾ ਹੈ ਉਸਨੂੰ ਸਮਝ ਲਓ। ਮੈਂ ਆਪਣੇ ਸਕੂਲ ਵਿੱਚ ਹੀ ਬੈਠ ਕੇ ਵੀਡੀਓ ਬਣਾ ਰਹੀ ਹਾਂ, ਜਿਵੇਂ ਦੀ ਵੀ ਇੱਥੇ ਵੋਇਸ ਕੁਆਲਿਟੀ ਆ ਰਹੀ ਹੈ, ਤੁਸੀਂ ਪਲੀਜ਼ ਉਹਨੂੰ ਐਡਜਸਟ ਕਰਨ ਦੀ ਜਿਹੜਾ ਕਿ ਕੋਸ਼ਿਸ਼ ਕਰਨਾ। ਸੋ ਇਹ ਹੈ ਕਵਿਤਾ ਊਸ਼ਾ, ਜੋ ਕਿ ਲਿਖੀ ਹੋਈ ਹੈ ਬਾਬਾ ਬਲਵੰਤ ਜੀ ਦੀ। ਸੋ ਇਸ ਕਵਿਤਾ ਵਿੱਚ ਜਿਹੜੀ ਕਵੀ ਹੈ ਉਹ ਊਸ਼ਾ ਨੂੰ, ਯਾਨੀ ਕਿ ਸੂਰਜ ਦੀ ਕਿਰਨ ਨੂੰ, ਇੱਕ ਜ਼ਿੰਦਾ ਚੀਜ਼ ਵਾਂਗ ਸੰਬੋਧਨ ਕਰਕੇ, ਜ਼ਿੰਦਾ ਇਨਸਾਨ ਵਾਂਗ ਸੰਬੋਧਨ ਕਰਕੇ ਉਸ ਪਾਸੋਂ ਗਿਆਨ ਦੀ ਜਿਹੜੀ ਕਿ ਕਾਮਨਾ ਕਰ ਰਿਹਾ, ਗਿਆਨ ਮੰਗ ਰਿਹਾ, ਇੱਕ ਜ਼ਿੰਦਾ ਇਨਸਾਨ ਸਮਝ ਕੇ। ਪਹਿਲੇ ਪਹਿਰੇ 'ਚ ਕਹਿ ਰਿਹਾ ਵਿਸ਼ਵ ਜੋਤ ਦੇ ਖਿਲਾਲ ਦਿਨ ਰਾਤ ਦੇ ਪਿਆਰ। ਕਵੀ ਊਸ਼ਾ ਨੂੰ ਸੰਬੋਧਿਤ ਕਰਕੇ ਕਹਿੰਦਾ ਕਿ ਹੇ ਜੋ ਊਸ਼ਾ ਹੈ, ਤੂੰ ਸੰਸਾਰ ਭਰ ਦਾ ਚਾਨਣ ਹੈ, ਵਿਸ਼ਵ ਜੋਤ ਦਾ ਖਿਲਾਲ, ਤੂੰ ਸੰਸਾਰਪੁਰ 'ਚ ਰੋਸ਼ਨੀ ਦੇਣ ਵਾਲੀ ਹੈ। ਤੂੰ ਦਿਨ ਰਾਤ ਦੇ ਪਿਆਰ, ਤੂੰ ਦਿਨ ਅਤੇ ਰਾਤ ਜਿਹੜੇ ਕਿ ਦੋ ਪ੍ਰੇਮੀ ਹਨ, ਇਹਨਾਂ ਨੂੰ ਮਿਲਾਉਣ ਵਾਲਾ ਇੱਕ ਸੁੰਦਰ ਬਿੰਦੂ ਹੈ, ਯਾਨੀ ਕਿ ਦਿਨ ਔਰ ਰਾਤ ਜਿਹੜੇ ਨੇ, ਉਹਨੇ ਉਸਨੂੰ ਕਿਹਾ ਕਿ ਦੋ ਪ੍ਰੇਮੀ ਨੂੰ, ਉਹਨਾਂ ਨੂੰ ਮਿਲਾਉਣ ਵਾਲਾ ਕੌਣ ਹੈ? ਊਸ਼ਾ। ਚੰਦ ਤਾਰਿਆਂ ਦੇ ਰੰਗ 'ਚ ਘੁਲ ਰਹੇ ਹਜ਼ਾਰ ਰੰਗ, ਕਿ ਤੇਰੇ ਆਉਣ ਦੇ ਨਾਲ ਜਿਹੜੇ ਚੰਦਰਮਾ ਤਾਰੇ ਆ, ਉਹਨਾਂ 'ਚ ਹਜ਼ਾਰਾਂ ਰੰਗ ਇੰਝ ਲੱਗਦਾ ਕਿ ਮਿਲ ਜਾਂਦੇ ਨੇ, ਜਿਵੇਂ ਰਾਤੀ ਕੋਈ ਹੋਰ ਰੰਗ ਦੇ ਨੇ, ਸਵੇਰੇ ਹੋਰ ਰੰਗ ਦੇ ਹੋ ਜਾਂਦੇ ਹਨ। ਸ਼ਿਵ ਆਕਾਸ਼ ਦੇ ਮਹਾਨ ਨੇਤਰਾਂ 'ਚੋਂ ਵਗਦੀ ਗੰਗ, ਜਿਵੇਂ ਸ਼ਿਵਜੀ ਦੀ ਜਟਾ 'ਚੋਂ ਗੰਗਾ ਵਗਦੀ ਹੈ ਨਾ, ਉਸੇ ਤਰ੍ਹਾਂ ਤੇਰੇ ਆਉਣ ਨਾਲ ਲੱਗਦਾ ਹੈ ਕਿ ਜਿਹੜਾ ਸ਼ਿਵ ਰੂਪੀ ਆਕਾਸ਼ ਹੈ ਉਹਦੇ ਵਿੱਚੋਂ ਗੰਗਾ ਜਿਹੜੀ ਕਿ ਵਗਦੀ ਪਈ। ਕਿ ਕਾਹਦੀ ਗੰਗਾ ਵਗਦੀ ਪਈ ਹੈ? ਰੋਸ਼ਨੀ ਦੀ। ਹੇ ਚਿੰਤਨ, ਹੇ ਊਸ਼ੇ, ਹੇ ਸੂਰਜਾਂ ਅਤੇ ਰੱਥ ਸਵਾਰ, ਮੇਟ ਮੇਰੇ ਅੰਧਕਾਰ। ਕਿ ਹੇ ਊਸ਼ਾ, ਤੂੰ ਇੱਕ ਚੇਤਨ ਵਸਤੂ ਹੈ ਅਤੇ ਤੇਰੇ ਤੂੰ ਸੂਰਜ ਦੇ ਰੱਥ ਸਵਾਰ ਹੋ ਕੇ ਉੱਪਰ ਹੋ ਕੇ ਆਈ ਹੈ, ਅਤੇ ਮੈਂ ਤੇਰੇ ਤੋਂ ਮੰਗਦਾ ਕਿਹਾ ਹੈ ਕਿ ਮੇਰੇ ਅੰਦਰ ਦੇ ਵੀ ਹਨੇਰਾ ਦੂਰ ਕਰ। ਜਿਵੇਂ ਊਸ਼ਾ ਦੇ ਆਉਣ ਨਾਲ ਸੂਰਜ ਦੀ ਰੋਸ਼ਨੀ ਦੇ ਆਉਣ ਨਾਲ ਦੁਨੀਆ 'ਚੋਂ ਜਿਹੜਾ ਹਨੇਰਾ ਖਤਮ ਹੁੰਦਾ ਹੈ, ਇਸੇ ਤਰ੍ਹਾਂ ਹੈ ਊਸ਼ਾ, ਤੂੰ ਮੇਰੇ ਅੰਦਰ ਦੇ, ਇਨਸਾਨ ਦੇ ਅੰਦਰ ਦਾ ਵੀ ਜਿਹੜਾ ਅੰਧਕਾਰ ਹੈ, ਗਲਤ ਨਕਾਰਾਤਮਕ ਵਿਚਾਰ, ਉਹਨਾਂ ਨੂੰ ਖਤਮ ਕਰ। ਸੋ ਦੂਸਰੇ ਪੈਰੇ ਵਿੱਚ ਜਿਹੜਾ ਕਵੀ ਹੈ, ਊਸ਼ਾ ਦੇ ਆਉਣ ਨਾਲ ਸੂਰਜ ਦੀ ਰੋਸ਼ਨੀ ਦੇ ਆਗਮਨ ਦੇ ਨਾਲ ਪ੍ਰਕਿਰਤੀ, ਕੁਦਰਤ ਵਿੱਚ ਜਿਹੜੀ ਤਬਦੀਲੀ ਆਉਂਦੀ ਹੈ ਉਸਨੂੰ ਬਿਆਨ ਕਰਦਾ ਹੋਇਆ ਕਹਿੰਦਾ ਹੈ ਕਿ ਬਿਨਾਂ ਕਲਮ ਹਿਮਾਲਿਆ ਦੇ ਹੋ ਗਏ ਅਨੇਕ ਰੰਗ। ਕਿ ਊਸ਼ਾ, ਤੇਰੇ ਆਉਣ ਨਾਲ ਤੇਰੀ ਲਾਲੀ, ਤੇਰੀ ਚਾਨਣੇ ਦੇ ਨਾਲ ਕੀ ਹੋਇਆ ਕਿ ਹਿਮਾਲਿਆ ਪਹਾੜ ਉੱਤੇ ਫੈਲ ਗਈ, ਅਤੇ ਇਸ ਤਰ੍ਹਾਂ ਲੱਗਦਾ ਕਿ ਬਿਨਾਂ ਕਲਮ ਦੇ ਉਹਦੇ 'ਤੇ ਹਜ਼ਾਰੋਂ ਰੰਗ ਜਿਹੜੇ ਕਿ ਦਿਖਣ ਲੱਗ ਪਏ ਹਨ। ਜਿਹੜਾ ਕਿ ਹਿਮਾਲਿਆ ਪਰਬਤ ਜਿਹੜਾ ਹੈ ਉਹ ਜਿਹੜਾ ਕਿ ਬਰਫ਼ ਦੀ ਚਾਦਰ 'ਚ ਹੈ, ਅਤੇ ਤੇਰੇ ਆਉਣ ਨਾਲ ਉਹਦੇ 'ਤੇ ਜਿਵੇਂ ਲੱਗਦਾ ਕਿ ਅਨੇਕ ਰੰਗ ਜਿਹੜੇ ਕਿ ਆ ਗਏ ਹਨ। ਫੁੱਲ ਪੱਤੀਆਂ ਦੀ ਰੂਹ 'ਚ ਵੱਜ ਰਹੇ ਨੇ ਜਲ ਤਰੰਗ। ਕਿ ਤੇਰੇ ਆਉਣ ਦੇ ਨਾਲ ਜਿਹੜੇ ਫੁੱਲ ਪੱਤੇ ਨੇ ਉਹਨਾਂ ਵਿੱਚ ਐਂ ਲੱਗਦਾ ਕਿ ਜ਼ਿੰਦਗੀ ਆ ਗਈ ਹੈ, ਔਰ ਜਿਹੜੇ ਰਾਤ ਭਰ ਉਹਨਾਂ ਦੇ ਉੱਤੇ ਤਰੇਲ ਜਾਂ ਔਂਸ ਦੀਆਂ ਬੂੰਦਾਂ ਪਈਆਂ ਸੀ ਉਹ ਮੋਤੀ ਵਾਂਗ ਚਮਕਣ ਲੱਗ ਪਈਆਂ। ਸੂਰਜ ਦੀ ਰੋਸ਼ਨੀ ਦੇ ਨਾਲ ਜਿਹੜੇ ਫੁੱਲ ਪੱਤਿਆਂ 'ਤੇ ਤਰੇਲ ਜਾਂ ਔਂਸ ਦੀਆਂ ਬੂੰਦਾਂ ਮੋਤੀ ਵਾਂਗ ਚਮਕਦੀਆਂ ਹਨ। ਨੂਰ ਪੀ ਕੇ ਚਮਕਦੇ ਨੇ ਨਵ ਬਨਸਪਤੀ ਦੇ ਨੈਣ। ਕਿ ਤੇਰੇ ਆਉਣ ਦੇ ਨਾਲ ਜਿਹੜੀ ਬਨਸਪਤੀ ਹੈ, ਯਾਨੀ ਕਿ ਕੁਦਰਤ ਹੈ, ਪੂਰੀ ਪ੍ਰਕਿਰਤੀ ਹੈ, ਤੇਰੇ ਆਉਣ ਦੇ ਨਾਲ ਚਮਕ ਉੱਠੀ, ਉਹਨਾਂ ਵਿੱਚ ਇੱਕ ਰੋਸ਼ ਜ਼ਿੰਦਗੀ ਆ ਗਈ, ਜਾਨ ਜਿਵੇਂ ਪੈ ਜਾਂਦੀ ਹੈ। ਉੱਡਦਾ ਹੈ ਪੰਛੀਆਂ ਦੇ ਦਮ ਪਰਾਂ 'ਚੋਂ ਸੁਣ ਚੈਨ। ਕਿ ਤੇਰੇ ਆਉਣ ਦੇ ਨਾਲ ਜਿਹੜੇ ਪੰਛੀ ਨੇ ਉਹਨਾਂ ਦੇ ਜਿਹੜੇ ਪਰਾਂ 'ਚ ਜਿਹੜਾ ਕਿ ਰਾਤ ਦਾ ਇੱਕ ਨੀਂਦ ਸੀ, ਜਾਂ ਜਿਵੇਂ ਐਵੇਂ ਲੱਗਦਾ ਕਿਵੇਂ ਉਹਨਾਂ ਨੂੰ ਬੰਨ੍ਹ ਕੇ ਰੱਖਿਆ, ਤੇਰੇ ਆਉਂਦੇ ਹੀ ਪੰਛੀ ਚਹਿ ਚਹਾ ਉੱਠਦੇ ਨੇ, ਪੰਖ ਫੜਫੜਾਉਣ ਲੱਗ ਪੈਂਦੇ ਹਨ, ਉਹਨਾਂ 'ਚ ਵੀ ਇੱਕ ਤਾਜ਼ਗੀ ਆ ਜਾਂਦੀ ਹੈ। ਝੂਮਦੀ ਹੈ ਮਸਤ ਹੋ ਕੇ ਸਾਗਰਾਂ ਦੀ ਲਹਿਰ ਲਹਿਰ, ਤੇਰੇ ਆਉਣ ਦੇ ਨਾਲ ਜਿਹੜੇ ਸਾਗਰਾਂ ਦੀ ਲਹਿਰਾਂ ਨੇ ਉਹ ਵੀ ਜਿਹੜੇ ਕਿ ਮਸਤੀ 'ਚ ਝੂਮਣ ਲੱਗ ਪੈਂਦੀਆਂ ਹਨ। ਮੰਗਦਾ ਹਾਂ ਮੈਂ ਵੀ ਆਦਮੀ ਦੇ ਸਾਗਰਾਂ ਦੀ ਖੈਰ। ਕਵੀ ਕਹਿ ਰਿਹਾ ਕਿ ਹੇ ਊਸ਼ਾ, ਤੇਰੇ ਤੋਂ ਮੈਂ ਇਨਸਾਨ ਰੂਪੀ ਜਿਹੜੇ ਸਾਗਰ ਨੇ, ਕਿ ਦੁਨੀਆ 'ਚ ਬਹੁਤ ਅਥਾਹ ਮਨੁੱਸ਼ ਨੇ, ਉਹਨਾਂ ਸਾਰਿਆਂ ਦੀ ਮੈਂ ਖੈਰ ਮੰਗਦਾ ਹਾਂ, ਕਿਉਂਕਿ ਵਾਈਟ ਵਿਟਾਮਿਨ ਡੀ, ਹੋਰ ਵੀ ਬਹੁਤ ਕੁਛ ਜਿਹੜਾ ਸਾਨੂੰ ਪੋਜ਼ਿਟਿਵ ਐਨਰਜੀ ਸੂਰਜ ਦੀ ਰੋਸ਼ਨੀ ਦੇ ਨਾਲ ਮਿਲਦੀ। ਅਤੇ ਕਹਿੰਦਾ ਹੈ ਕਿ ਮੈਂ ਤੇਰੇ ਤੋਂ ਸਭ ਦੀ ਖੈਰ ਮੰਗਦਾ ਹਾਂ। ਹੇ ਊਸ਼ੇ, ਹੇ ਇਨਕਲਾਬ ਕਰ, ਬਦਲੀਆਂ ਦੀ ਮਾਂ, ਫਿਰ ਮੈਂ ਫਿਰ ਦੇਵਤਾ ਬਣਾ। ਕਿ ਹੇ ਊਸ਼ਾ,
तेरे आने नाल जिहड़ा कि एक पॉजिटिव एनर्जी आती है, क्योंकि देखो जिहड़ा रात हुंदी ना शाम हुंदी है एक सहम जिहा छाना शुरू हो जाता है, हल्का हल्का डर जिहा, लेकिन सूर्य की रोशनी आने नाल पॉजिटिव एनर्जी सारिया च आती है, एक नवा आदर्श मिलता कि अज मैं आ करना, अज मैं करना, सब कुछ ठीक होएगा, मैं चंगा होवांगा, सब कुछ चंगा होएगा। तो इस करके ही उषा तू मेरे अंदर के भी जिहड़े ने नैगेटिव एनर्जी या जिहड़े बुरे ख्याल उन्होंने खत्म कर और मैनू भी एक देवता बना जिहड़ा कि चंगे विचारा वाला मैं व्यक्ति बना। सो तीसरे पैरे विच कवि कह रहा है, दौड़ी दौड़दी ये नींद तेरे सुख सुनहरी राख तो, कि हे उषा तेरे आन नाल जिहड़ी कि सब दी नींद जिहड़ी कि खत्म हो जाती, चाहे इंसान ने चाहे पंछी ने, सब दी नींद जिहड़ी कि दूर हो जाती, सारे जाग पैंदे हन। हनेर जा लहण सागरां दे मूंग बाग तो, कि तेरे रोशनी दे नाल जिहड़े समुंदरां दे थले मूंगियां दे जंजीरे हन जां जिहड़े कि खजाने लुके हन, उत्थे भी जाके तेरी रोशनी पहुँचती तो वह भी नज़र आने लग पैंदे ने, जिहड़े रात दे सन्नाटे च जां हनेरे विच जिहड़े कि समुंदरां दे थले जिहड़े खजाने लुके ओह दिखदे ने, ओह तेरी रोशनी नाल ओह भी दिख जांदे हन। बिना गरज छिणक रही है तू खून इस जमी ते, कि तू निस्वार्थ भाव दे नाल तू सारी दुनिया नू जड़ा कि जिंदगी बख्श रही है, सूरज दे नाल बहुत जिंदगी मिलती सूरज की रोशनी दे नाल, कि बिना किसी स्वार्थ तो तेनू इंसान कुछ नहीं उहदे बदले दे रहे, पर तू निस्वार्थ भावना सब नू अपनी जिहड़ी कि रोशनी जिंदगी दे रही है। तेरा कर्म समान है आजाद ते दीन ते, और तू बराबर रोशनी दे रही, तू यह नहीं वेख रही कि कौन आजाद है कौन गुलाम है कौन अमीर है कौन गरीब है, तू सब नू बराबर अपनी रोशनी वंड रही है। जमीन वासियां नू गर्जहीन कर्म योग दे, कि जिहड़े जमीन वासी ने जिहड़े कि बिना किसी गर्ज तो किसी का काम नहीं करते, इन्हां नू भी अकल दे कि इह वी कि बिना गर्ज तो लोगों की भलाई जिहड़ा करन वी लोगों के काम आउण। समय के रोगियां नू हुण कोई किरण अरोग दे, हे उशे खोल सांझता दे स्रोत। कवि कह रहे कि मैं तेरे को मंगदा हाँ कि धरती के जिहड़े रहण वाले मनुष्य ने उत्ते निस्वार्थ होके काम विच लीन होण, किसी दे किसी की मदद बिना किसी गर्ज तो करन भी, ते वो आप भी अरोग रहन, दूजियां नू भी रोग कट्टन की जिहड़ी शक्ति प्रदान कर। ते हे उशे तेरे आउण दे नाल भाईवालता या सांझीवालता जिहड़ी कि चारे पासे फैले, अक्सर तुसीं वेख्या होगा कि जदों सर्दियां च धुप निकलदी तां सारे इकट्ठे होकर बहिंदे ने, वह की हुंदी है सांझवालता ही हुंदी है ना, सांझ सारे इकट्ठे बहिंदे ने, उस सूरज की रोशनी दे आउण नाल ही हुंदा ना, कि जे बदल होण हां बर्फ होण ठंड पै रही तो सारे अपने अपने घरां च ही वड़े रहिंदे ने। चौथे पैरे च जिहड़ा कवि है उन्हें ना की कहा है कि दुनिया की जिन्नी भी हर सुंदर चीज़ है ना, जिहड़ी भी जुंदर दुनिया सुंदर चीज़ा उन्हां सब दी ना उन्हें उषा दे नाल जिहड़ी कि एक प्रभाव ते एक तुलना जी कीती है, ते उषा नूं एक जिंदा चीज़ समझ के उहदे नाल संबोधन करदा है। फिर कह रहा है कि हे उषे चमक तेरी है हल्के हल्के बुलियां दे नूर ते, कि तेरी जिहड़ी चमक है ना, तेरी जिहड़ी स्माइल है या खुश तेरी आउण दे नाल जिहड़ी खुशी आउंदी है वो एक नूर वांग है। तेरा नशा है प्यार है नवे नवे सरूर ते, कि जिवें किसी नूं प्यार हुंदा ना, पहली बारी किसी नूं प्यार हुंदा तो उन्हें एक सरूर जिहा छाया रहिंदा है किसी नाल इश्क होवे ते, तेरे आउण दे नाल भी दुनिया वाले नूं एक दुनिया वाले उपर एक इश्क जिहा छा जांदा है, कि जिवें सचमुच किसी नूं किसी नाल प्यार होवे इश्क होया तो नवा नवा इश्क होया नवा नवा पहला प्यार होवे तो सब नूं सरूर जिहा छाया रहिंदा कि मैं अपने प्रेमी प्रेमिका नूं मिलना उहदे कोल जाणा। उस तरह तेरे आउण ते दुनिया वालियां च वी एक सरूर जिहा छा जांदा, एक प्यार छा जांदा है। तेरा ही रंग हुसन ते अपार दिलकशी है, जो कहिंदे कि उस हुसन उपर भी तेरा ही रंग है जो कि दिल नूं अपार खिच्चा पा के खिंच लैंदा, कि जिवें कोई बहुत खूबसूरत होवे, कोई चीज़ खूबसूरत है, कोई इंसान खूबसूरत है, कोई फुल खूबसूरत है, तो हर कोई उहदे वल खिंचिया चलिया जांदा है ना, उस तरह जिहड़ा कि तेरा भी तू भी बहुत खूबसूरत है, कि हर कोई तेरे वल खिंचिया ही आउंदा है, हर कोई सूरज की जिथे रोशनी हुंदी उधर भज्जिया ही जांदा है। तू ही तड़प इश्क है महान जिंदगी है, कि हे उषा तू ही जिहड़ी कि इश्क दी तड़फ भी है, कोई किसी नूं इश्क करदा उहदे च तड़फदा होए ना, तो इसलिए तेरी भी तेरे लिए भी दुनिया तड़फदी है, तेरे आगमन वास्ते तेरे इंतजार जिहड़ी कि दुनिया तड़फदी है। ख्याल दे याकूत दी चमक सदा सवेर तू, कहिंदे कि जिस तरह तू तां जिहड़े ख्याल दे याकूत दी सदा सवेर वांग चमक दी चमक है, हुण आदमी दे दिलां चों भी गवां नवें हनेर नूं, ते कह रहे कि हुण इंसानां दे दिलां चों भी जिहड़ा हनेरा छाया है निराशा उसनूं दूर कर। आदर्श हर मनुख नूं महान तो महान दे, कि हर इंसान नूं एक आदर्श होवे अपनी जिंदगी च कुछ करन वाला उन्हूं बना। पशु ते पंछियां दे दुख दर्द नूं जबान दे, कि पशु पंछियां दे दुख दर्द नूं भी जबान दे, कि ताकि पशु पंछी भी अपना दुख जिहड़ा बोल के दस सकन। जगाउण वाली खाक नूं दिलां दे नैण खोल दे, मिलाप नूरबंदियां दी आत्मा ते डोल दे। कवि कह रहा है कि हे उषा तू मिट्टी नूं भी जगा देण वाली है, क्योंकि उषा दे आउण नाल ही मिट्टी भी पनप उठदी है, उस च भी घाव उगल लग पैंदा है। तू मिट्टी नूं भी जगा देण वाली है, तू मेरे दिल दे नैणां नूं भी खोल दे, ते सारे संसार दे बंदियां दी आत्मा उपर एक रंग डोल दे कि सारे मिल के रहन, प्यार ना लैन, प्यार मुहब्बत ना रहन, उहनां नूं इह सांझी वालता। अगले पैरे च कवि कह रहा है हे उषा हे मात उन्नति दे हर विचार ते हर बहार दी,
ਕਹਿ ਰਿਹਾ ਕਿ ਤੂੰ ਤਾਂ ਊਸ਼ਾ ਜੋੜੀ ਕਿ ਹਰ ਉੱਨਤੀ ਦੀ ਮਾਂ ਹੈ, ਯਾਨੀ ਕਿ ਤੂੰ ਸਭ ਨੂੰ ਤਰੱਕੀ ਦੇਣ ਵਾਲੀ, ਤੇਰੇ ਆਉਣ ਨਾਲ ਸਭ ਉੱਨਤੀ ਹੁੰਦੀ ਹੈ, ਤੂੰ ਹਰ ਬਹਾਰ ਦੀ ਆਸ ਹੈ, ਕਿ ਸੂਰਜ ਦੀ ਰੌਸ਼ਨੀ ਹੈ ਤਾਂ ਹਰ ਬਹਾਰ ਵੀ ਆਏਗੀ ਆਏਗੀ, ਤੂੰ ਇਸ ਸਮੇਂ ਨੂੰ ਏਕਤਾ, ਤੂੰ ਇਸ ਸਮੇਂ ਨੂੰ ਏਕਤਾ ਸਮਾਨਤਾ ਦਾ ਗੂੜਾ ਰੰਗ ਦੇ, ਕਿ ਤੂੰ ਇਸ ਸਮੇਂ ਵਿੱਚ ਸਭ ਲੋਕਾਂ ਨੂੰ ਏਕਤਾ ਦੇ ਨਾਲ ਰਹਿਣਾ ਸਿਖਾ, ਸਭ ਲੋਕ ਸਮਾਨ ਹੈ, ਉਹਨਾਂ ਨੂੰ ਇਹ ਖਿਆਲ ਉਹਨਾਂ ਦੇ ਮਨ ਵਿੱਚ ਦੇ, ਮਿਟਾ ਜਹਾਨ ਤੋਂ ਕਲੇਸ਼ ਇਸ ਫਰੇਬ ਜੰਗ ਦਾ, ਕਿ ਇਸ ਸੰਸਾਰ ਵਿੱਚ ਜਿਹੜੀ ਧੋਖੇ ਦੀ ਜੰਗ ਹੈ ਨਾ, ਧੋਖੇ ਦੀ ਲੜਾਈਆਂ ਨੇ, ਉਸ ਨੂੰ ਸਭ ਨੂੰ ਖਤਮ ਕਰ ਦੇ। ਹੇ ਊਸ਼ਾ, ਹੇ ਜਾਗ੍ਰਿਤ ਨਵੀਂ, ਹੇ ਨਿੱਤ ਨਵੀਂ ਬਹਾਰ, ਸੁਣ ਦਿਲਾਂ ਦੀ ਵੀ ਪੁਕਾਰ ਸੁਣ। ਹੇ ਊਸ਼ਾ, ਤੂੰ ਲੋਕਾਂ ਦੇ ਮਨਾਂ ਦੀ ਜਿਹੜੀ ਪੁਕਾਰ ਹੈ ਉਸ ਨੂੰ ਵੀ ਸੁਣ। ਜ਼ਿਆਦਾਤਰ ਲੋਕ ਦੁਨੀਆ ਵਾਲੇ ਕੀ ਮੰਗਦੇ ਨੇ, ਦੁਨੀਆ 'ਚ ਕੀ ਰਹੇ, ਅਮਨ ਚੈਨ ਸੁੱਖ ਸ਼ਾਂਤੀ ਰਹੇ, ਤਾਂ ਉਹਨਾਂ ਦੀ ਇਸ ਆਵਾਜ਼ ਨੂੰ ਸੁਣ ਔਰ ਦੁਨੀਆ 'ਚ ਅਮਨ ਬਣਾਈ ਰੱਖਣ ਦੀ ਤੂੰ ਵੀ ਕੋਸ਼ਿਸ਼ ਕਰ। ਹੇ ਊਸ਼, ਦਿਲਾਂ ਤੂੰ ਚੁੱਗੀਆਂ ਦੀ ਆ ਕੇ ਅੰਦਰੋਂ ਵੀ ਰੰਗ ਲਾਲ ਕਰ, ਤੂੰ ਹੱਡੀਆਂ ਦੀ ਗਾਰ ਦਾ ਕਦੀ ਤਾਂ ਕੁਝ ਖਿਆਲ ਕਰ। ਬਹੁਤ ਇੰਪੋਰਟੈਂਟ ਲਾਈਨ ਹੈ, ਕਵੀ ਕਹਿ ਰਿਹਾ ਕਿ ਤੂੰ ਝੁੱਗੀਆਂ ਉੱਪਰ ਜਿਹੜੀ ਲਾਲੀ ਸੁੱਟਦੀ ਹੈ, ਕਿ ਜਿਹੜੇ ਵਿਚਾਰੇ ਗਰੀਬ ਮਾਤੜ ਨੇ ਉਹਨਾਂ ਦੀ ਝੁੱਗੀਆਂ ਉੱਪਰ ਤੂੰ ਲਾਲੀ ਸੁੱਟਦੀ, ਆਪਣੀ ਰੌਸ਼ਨੀ ਸੁੱਟਦੀ ਹੈ, ਉਹਨਾਂ ਦੀ ਜਿਹੜੀ ਝੁੱਗੀਆਂ ਦੇ ਉੱਪਰ ਉੱਪਰ ਤੂੰ ਰੌਸ਼ਨੀ ਸੁੱਟਦੀ ਹੈ, ਉਹਨਾਂ ਨੂੰ ਉੱਤੋਂ ਹੀ ਨਹੀਂ ਬਾਹਰੋਂ ਨਹੀਂ, ਉਹਨਾਂ ਨੂੰ ਅੰਦਰੋਂ ਵੀ ਰੌਸ਼ਨੀ ਦੇ, ਉਹਨਾਂ ਦੇ ਘਰਾਂ ਦੇ ਅੰਦਰ ਵੀ ਰੌਸ਼ਨੀ ਦੇ, ਉਹਨਾਂ ਦੇ ਘਰਾਂ ਦੇ ਅੰਦਰ ਅਰਥਾਤ ਖੁਸ਼ਹਾਲੀ ਭਰ ਦੇ, ਉਹ ਵਿਚਾਰੇ ਇੰਨੀ ਗਰੀਬੀ 'ਚ ਨਾ ਰਹਿਣ, ਉਹਨਾਂ ਨੂੰ ਵੀ ਖੁਸ਼ਹਾਲੀ ਭਰ ਦੇ। ਤੂੰ ਇਹਨਾਂ ਝੁੱਗੀਆਂ 'ਚ ਜਿਹੜੇ ਵੱਸਦੇ ਭੁੱਖ ਦੇ ਭੁੱਖੇ ਪਿਆਸੇ ਜਿਹੜੇ ਲੋਕ ਨੇ, ਜਿਹੜੇ ਕਿ ਜਿਨ੍ਹਾਂ ਦਾ ਸਰੀਰ ਹੱਡੀਆਂ ਦੀ ਗਲ ਹੱਡੀਆਂ ਦਾ ਮੁੱਠ ਬਣਿਆ ਪਿਆ ਹੈ, ਉਹਨਾਂ ਦਾ ਵੀ ਕੁਝ ਖਿਆਲ ਕਰ ਅਤੇ ਉਹਨਾਂ ਦਾ ਵੀ ਕੁਝ ਤੂੰ ਜਿਹੜਾ ਹੈ ਊਸ਼ਾ ਭਲਾ ਕਰ। ਅਗਲੇ ਪੈਰੇ 'ਚ ਕਵੀ ਕਹਿ ਰਿਹਾ ਹੈ, ਦੂਰ ਅਤੇ ਕਰੀਬ ਅਤੇ ਅਮੀਰ ਅਤੇ ਗਰੀਬ ਅਤੇ ਤੂੰ ਆਪਣੀ ਕਲਮ ਫੇਰਦੀ ਜਾ ਹਰ ਬੁਰੇ ਨਸੀਬ 'ਤੇ। ਇਹਦੇ 'ਚ ਕੁਸ਼ਚਨ ਵੀ ਆਏਗਾ ਕਿ ਹੇ ਊਸ਼ਾ, ਭਾਵੇਂ ਕੋਈ ਦੂਰ ਹੈ, ਭਾਵੇਂ ਕੋਈ ਨਜ਼ਦੀਕ ਹੈ, ਭਾਵੇਂ ਕੋਈ ਅਮੀਰ ਹੈ, ਭਾਵੇਂ ਕੋਈ ਗਰੀਬ ਹੈ, ਭਾਵੇਂ ਕੋਈ ਅਧੀਨ ਹੈ ਅਤੇ ਭਾਵੇਂ ਕੋਈ ਸਵਤੰਤਰ ਹੈ, ਤੂੰ ਹਰ ਇੱਕ 'ਤੇ ਬੁਰੇ ਨਸੀਬ ਉੱਤੇ ਆਪਣੀ ਕਲਮ ਫੇਰ ਉਸਨੂੰ ਚੰਗਾ ਬਣਾਉਂਦੀ ਜਾ, ਹਰ ਇੱਕ ਦੀ ਕਿਸਮਤ ਚੰਗੀ ਕਰਦੀ ਜਾ। ਤੂੰ ਸੁਰਮਾ ਬਣ ਕੇ ਨੈਣ ਆਤਮਾ 'ਚ ਨਿੱਤ ਸਮਾਈ ਜਾ, ਕਿ ਤੂੰ ਸੁਰਮਾ ਬਣ ਜਾ ਹਰ ਮਨੁੱਖ ਦੀ ਆਤਮਾ ਦੇ ਨੈਣਾਂ 'ਚ, ਜਿਹੜੇ ਸਾਡੇ ਸਰੀਰ 'ਤੇ ਅੱਖਾਂ ਲੱਗੀਆਂ ਉਹਨਾਂ 'ਚ ਦੀ ਗੱਲ ਨਹੀਂ ਇੱਥੇ ਹੋ ਰਹੀ, ਸਾਡੀ ਆਤਮਾ ਦੀ ਜਿਹੜੀਆਂ ਅੱਖਾਂ ਨੇ, ਯਾਨੀ ਕਿ ਸਾਡੇ ਮਨ ਨੂੰ ਚੇਤਨ ਕਰੀ ਜਾ, ਜਗਾਈ ਜਾ, ਤਾਂ ਕਿ ਅਸੀਂ ਚੰਗੇ ਕਰਮ ਕਰੀਏ, ਨਵੇਂ ਜ਼ਮਾਨਿਆਂ ਦੇ ਰੂਪ ਰੰਗ ਨੂੰ ਜਗਾਈ ਜਾ, ਨਵੇਂ ਜ਼ਮਾਨਿਆਂ ਦੇ ਰੂਪ ਰੰਗ ਨੂੰ ਜਗਾਉਂਦੀ ਹੋਈ ਜਾ, ਹਰ ਇੱਕ ਦਾ ਤੂੰ ਭਲਾ ਕਰਦੀ ਜਾ। ਜਿਹੜਾ ਇਹ ਲਾਸਟ ਪੈਰਾ ਇਹ 'ਚੋਂ ਪੜਾਇਆ ਨਾ, ਇਹਦੇ 'ਚ ਇੱਕ ਕੁਸ਼ਚਨ ਵੀ ਆਏਗਾ ਕਿ ਕਵੀ ਨੇ ਕੀ ਕਿਹਦਾ ਉੱਤੇ ਕਲਮ ਫੇਰਨ ਨੂੰ ਕਿਹਾ ਹੈ, ਔਰ ਕਿਸ ਚੀਜ਼ ਦੀ ਕਲਮ ਫੇਰਨ ਲਈ ਊਸ਼ਾ ਨੂੰ ਕਿਹਾ ਹੈ, ਕਿ ਕਵੀ ਨੇ ਊਸ਼ਾ ਨੂੰ ਕਲਮ ਜਿਹੜੇ ਬਦ ਨਸੀਬ ਬੁਰੇ ਨਸੀਬ ਵਾਲੇ ਲੋਕਾਂ 'ਤੇ ਆਪਣੀ ਕਲਮ ਫੇਰਨ ਨੂੰ ਕਿਹਾ ਹੈ। ਸੋ ਇਹ ਸੀ ਕਵਿਤਾ ਊਸ਼ਾ ਬਾਬਾ ਬਲਵੰਤ ਦੀ ਲਿਖੀ ਹੋਈ। ਸੋ ਇਸ ਕਵਿਤਾ 'ਤੇ ਜਿਹੜੇ ਮੇਨ ਕੁਸ਼ਚਨ ਆ ਸਕਦੇ ਹਨ ਕਿ ਊਸ਼ਾ ਕਵਿਤਾ ਕਿਸ ਦੀ ਲਿਖੀ ਹੋਈ ਹੈ, ਬਾਬਾ ਬਲਵੰਤ ਜੀ ਦੀ ਲਿਖੀ ਹੋਈ ਹੈ। ਕਵੀ ਊਸ਼ਾ ਨੂੰ ਕਿਸ ਉੱਪਰ ਆਪਣੀ ਕਲਮ ਫੇਰਨ ਲਈ ਕਹਿ ਰਿਹਾ ਹੈ, ਕਵੀ ਊਸ਼ਾ ਨੂੰ ਬੁਰੇ ਨਸੀਬਾਂ ਉੱਤੇ ਆਪਣੀ ਕਲਮ ਫੇਰ ਕੇ ਉਹਨਾਂ ਨੂੰ ਬਦਲਣ ਵਾਸਤੇ ਜਿਹੜਾ ਕਿ ਕਹਿ ਰਿਹਾ ਹੈ। ਇੱਕ ਹੋਰ ਕੁਸ਼ਚਨ, ਕਵੀ ਊਸ਼ਾ ਨੂੰ ਕੀ ਕਹਿ ਕੇ ਸੰਬੋਧਨ ਕਰ ਰਿਹਾ ਹੈ, ਕੀ ਕਹਿ ਕੇ ਬੁਲਾ ਰਿਹਾ ਹੈ। ਕਵੀ ਊਸ਼ਾ ਨੂੰ ਵਿਸ਼ਵ ਜੋਤ ਦਾ ਖਿਲਾਰ, ਦਿਨ ਰਾਤ ਦਾ ਪਿਆਰ ਆਦਿ ਸ਼ਬਦਾਂ ਦਾ ਪ੍ਰਯੋਗ ਕਰਕੇ ਸੰਬੋਧਨ ਕਰ ਰਿਹਾ ਹੈ। ਫਿਰ ਇੱਕ ਕੁਸ਼ਚਨ ਹੈ, ਹਨੇਰ ਜਾਂ ਲਹਿਣ ਸਾਗਰਾਂ ਦੇ ਮੂੰਗ ਬਾਗ ਤੋਂ ਕੀ ਅਰਥ ਹੈ, ਕਿ ਜਿਵੇਂ ਰਾਤ ਦੇ ਹਨੇਰੇ ਵਿੱਚ ਸਾਗਰਾਂ ਦੀ ਤਹਿ 'ਤੇ ਜਿਹੜੇ ਕਿ ਖਜ਼ਾਨੇ ਲੁਕੇ ਹਨ, ਜਾਂ ਮੂੰਗ ਬਾਗ ਦੇ ਜਿਹੜੇ ਜੰਜੀਰੇ ਲੁਕੇ ਹਨ ਉਹ ਨਹੀਂ ਮਿਲਦੇ, ਸੂਰਜ ਦੀ ਰੌਸ਼ਨੀ ਊਸ਼ਾ ਦੇ ਆਉਣ ਨਾਲ ਉਹ ਵੀ ਸਾਰੇ ਜਿਹੜੇ ਕਿ ਨਜ਼ਰ ਜਿਹੜੇ ਆਉਣ ਲੱਗ ਪੈਂਦੇ ਹਨ। ਹੋਰ ਕੁਸ਼ਚਨ ਹੈ ਕਿ ਊਸ਼ਾ ਦੇ ਆਉਣ ਨਾਲ ਕੀ ਹੋਇਆ ਹੈ, ਊਸ਼ਾ ਦੇ ਆਉਣ ਨਾਲ ਹਿਮਾਲਿਆ 'ਤੇ ਅਨੇਕਾਂ ਰੰਗ ਪਸਰੇ ਹਨ, ਫੁੱਲ ਪੱਤੀਆਂ 'ਚ ਜਾਨ ਆਈ ਹੈ, ਇਨਸਾਨਾਂ ਦੇ ਅੰਦਰ ਪੋਜ਼ਿਟਿਵ ਐਨਰਜੀ ਆਈ ਹੈ, ਨਵੇਂ ਆਦਰਸ਼ ਪੈਦਾ ਹੋਏ ਹਨ, ਸਾਰੀ ਬਨਸਪਤੀ ਫਲਣ ਫੁੱਲਣ ਲੱਗ ਪਈ ਹੈ, ਪੰਛੀ ਉੱਡਣ ਲੱਗ ਪਏ, ਚਹਿਚਹਾਉਣ ਲੱਗ ਪਏ ਹਨ, ਸਾਗਰਾਂ ਦੇ ਲਹਿਰਾਂ ਵੀ ਜਿਹੜੇ ਮਸਤ ਹੋ ਕੇ ਝੂਮਣ ਲੱਗ ਪਏ ਹਨ। ਸੋ ਇਹ ਸਾਰੇ ਜਿਹੜੇ ਕਿ ਕੁਸ਼ਚਨ ਨੇ ਊਸ਼ਾ ਕਵਿਤਾ ਦੇ ਆ ਸਕਦੇ ਹਨ। ਊਸ਼ਾ ਕਵਿਤਾ ਦਾ ਕੇਂਦਰੀ ਭਾਵ ਕੀ, ਊਸ਼ਾ ਕਵਿਤਾ ਦਾ ਕੇਂਦਰੀ ਭਾਵ ਆਉਣੀ ਕਿ ਊਸ਼ਾ ਦੇ ਆਉਣ ਨਾਲ ਹਨੇਰਾ ਮਿਟਦਾ ਹੈ, ਰੌਸ਼ਨੀ ਆਉਂਦੀ ਹੈ, ਕੁਦਰਤ ਚਮਕਦੀ ਹੈ, ਕਾਇਨਾਤ ਵਿੱਚ ਜ਼ਿੰਦਗੀ ਆਉਂਦੀ ਹੈ, ਪਸ਼ੂ ਪੰਛੀਆਂ ਵਿੱਚ ਵੀ ਜ਼ਿੰਦਗੀ ਆਉਂਦੀ ਹੈ, ਕਿਉਂਕਿ ਪਸ਼ੂ ਜਿਹੜੇ ਹਨੇਰਾ ਹੋਣ 'ਤੇ ਸੋ ਜਾਂਦੇ ਹਨ, ਸੂਰਜ ਦੀ ਪਹਿਲੀ ਰੌਸ਼ਨੀ ਨਾਲ ਜਿਹੜੇ ਕਿ ਉੱਠ ਜਾਂਦੇ ਹਨ, ਔਰ ਸਭ ਤੋਂ ਵੱਡੀ ਗੱਲ ਇਨਸਾਨਾਂ 'ਚ, ਕੁਦਰਤ 'ਚ, ਕਾਇਨਾਤ 'ਚ, ਪ੍ਰਕਿਰਤੀ 'ਚ ਅਰੋਗਤਾ ਆਉਂਦੀ ਹੈ। ਸੋ ਇਹ ਕਵਿਤਾ ਸੀ ਊਸ਼ਾ, ਉਮੀਦ ਕਰ ਰਹੀ ਚੰਗੀ ਤਰ੍ਹਾਂ ਸਮਝ ਆ ਗਈ ਹੋਏਗੀ, ਪਰ ਫਿਰ ਵੀ ਜੇ ਕੋਈ ਚੀਜ਼ ਰਹਿ ਗਈ ਹੈ ਕਮੈਂਟ ਕਰੋ, ਉਹਦੀ ਕੁਐਰੀ ਨੂੰ ਜਲਦੀ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੀ। ਧੰਨਵਾਦ।